मैं तेरे डॉक्टर आबे तू इलाज कराए। कोई नु कख बचा बनी। मैं डॉक्टर अंसर को इलाज करवाए। मैं हकीम अहमद बख्श दे पुत्रा तू तेरे इलाज करवाए। हालांकि बंदा बाद वंदा है। मैं तेरे हूं आखरी सहाई। असलम नु नाड़ी तू कराए इलाज। छोरा दा ख्याल रखे मेरे दा। अच्छा लेना देना मेरा बहु सारे ही। हां हां बहु सारा लेना देना ही। अच्छा मेरी हुन आई मुकदी पई। अल्लाह खैर करे सी मुकण तो पई। या हिक्का बिना तो मन नहीं मेरी। मेरे पीछे शादी ना पई करी। मेरी कबार ना तबाई। शादी तो मैं नहीं करेंदी। हां या बिना नहीं तम अगले जान कोई नु छड़ना नहीं। वे कर मालिया वेखो खिया बाण में बैंदिया बंदा जो होया। आए वे आप तो मार गई हो। वे मेरा बिट्टा ही बना गई हो। वे मेरे बाबा मेरा बिट्टा को मिल पा रहा है। मेरे बाबा का दिन बुआ ते आवर दे बना उन्ना गाल कर दे बिट्टा बहनदा ते राम नाम करते मौके मार लाता। बाबा मुजफ्फर बहुत हो गए। बाबा तो बहुत हो गया। मैं आया मैं आया। ओ भैया सबर करो। बड़ा प्यो रोक के मोया ही रोया है। घाट सुचिया है जरा बाबू के अले मार मोके चुप को यार कम जरी दिन जाए मरना चुप। वे क्यों क्या तू खंडी राई अबे जानू मोया ने मगरू शतान लाए वंदन तो तू हाला नहीं ਬੰਦਾ ਪਿਆ ਨਾ ਬਾਣੋ ਅਗਲਾ ਕਬਰ ਦਾ ਇੰਤਜ਼ਾਮ ਸੋਚੋ ਗਰੀਬ ਬੰਦਿਆ ਲੱਭਦੀ निकल के साडे रड़े आलिया। गलती दी माफी तू मैं लाया बाया वालेकुम सलाम भाई जान की हाल है। खैर है भाई जान शुक्र अल्हम्दुलिल्लाह जी। तुसी सुनाओ और तबीयत से ठीक है। अल्लाह दा शुक्र है जी बिल्कुल ठीक ठाक। अच्छा ए मैं दसो जी आ जेड़ा वसीब है। हां जी ए दिवस का शादी है। नहीं शादी तो काय नु ते फौत की। एक फौत की होई है कदो करी हो गए 4-5 दिन कोई बाल।
ਹਾਂ ਖੈਰ ਮੈਂ ਆ ਰਹੇ ਨੇ ਅੱਲਾ ਦਾ ਸ਼ੁਕਰ ਨੇ ਮਾਰ ਡੰਗਰ ਮਕਸਦ ਆਪਣਾ ਜ਼ਮੀਨ ਆ ਲੈਣ ਜ਼ਿਮੀਦਾਰ ਬੰਦੇ ਯਾਨੀ ਕਿ ਖਾਣਾ ਛਾਣਾ ਬੰਦੇ ਨੂੰ ਚੰਗਾ ਮਾਇਆ ਜੀ ਕੱਟਾ ਕੀ ਤੋਇਆ ਨੇ ਅੱਲਾ ਹਾਂ ਬੜਾ ਸੋਹਣਾ ਮਾਸ਼ਾਅੱਲਾ ਦੋ ਪੋਤਰੇ ਨੂੰ ਤੇ ਨੌਕਰੀਆਂ ਲੈਣ ਅੱਛਾ ਹਾਂ ਜੀ ਤੇ ਬੜਾ ਮਾਹੌਲ ਹੈ ਉਹਨਾਂ ਦਾ ਜੀ ਖਤਮ ਸ਼ਤਮ ਸਹੀ ਦੀ ਹਾਂ ਜੀ ਖਤਮ ਠੀਕ ਦੀ ਅੱਛਾ ਉਹਦੇ ਨਾਂ ਕੀ ਹੈ ਉਹਦੇ ਨਾਮ ਹੀ ਆ ਮੋਦਾ ਅੱਛਾ ਹਾਂ ਜੀ ਮੀਆਂ ਮੋਦਾ ਹਾਂ ਜੀ ਚਲੋ ਮੈਂ ਮੁੜ ਜਿਹੜਾ ਨਾ ਹਾਂ ਜੀ ਉਦੋਂ ਹੋਈ ਆਵਾ ਠੀਕ ਹੈ ਤੇ ਮੋੜ ਤੂੰ ਤੇ ਮੈਂ ਮਿਲਨੇ ਆ ਠੀਕ ਹੋ ਗਿਆ ਜੀ ਬਿਸਮਿਲਲਾ ਹਾਂ ਕਿਉਂਕਿ ਉਹ ਮੇਰਾ ਇਹ ਵਿਰਾ ਬਣੇ ਹੋਇਆ ਠੀਕ ਹੈ ਆ ਮੋਦਾ ਫੇਰ ਤੂੰ ਛੋਜਾ ਗੰਜੜਾ ਵੀ ਆ ਗੰਜੜਾ ਗੰਜੜਾ ਉਹ ਨਾ ਗੰਜੜਾ ਗੰਜੜਾ ਉਹ ਮੇਰਾ ਵਿਰਾ ਬਣੇ ਹੋਇਆ ਮੈਂ ਹੁਣ ਪਹਿਲੋ ਉਹਦਾ ਫਾਇਦਾ ਦਿੱਤੀ ਆਵਾ ਠੀਕ ਹੈ ਤੂੰ ਹੋ ਮੈਂ ਇਹ ਜਾਣਾ ਠੀਕ ਹੈ ਮੈਂ ਹੋਈ ਅਮਨਾ ਇਹ ਬੰਦਾ ਵੀ ਜਿਹੜਾ ਆਇਆ ਹੈ ਨਾ ਇਹ ਵੀ ਕੋਈ ਰਿਸ਼ਤੇਦਾਰ ਹੀ ਕੱਢੀ ਖਾਲਾ ਹੈ ਤੇ ਮੇਰੇ ਖਿਆਲ ਵਿੱਚ ਉਹ ਇਹ ਵੀ ਕੋਈ ਹੈ ਲੰਗਰ ਦਾ ਭੀੜੂ ਤੇ ਹੁਣ ਪਿਆਦਾ ਜੀ ਮੇਰਾ ਵਿਰਾ ਹੈ ਅੱਗੇ ਨੂੰ ਪਤਾ ਵੀ ਕੋਈ ਨਾ ਹੈ ਹਾਂ ਚਲੋ ਪੁੱਤਰਾਂ ਦੇ ਕੇ ਨਾ ਵੇਖੀਆਂ ਖੁਸ਼ੀਆਂ ਇਹਦੇ ਨਾਲ ਕੋਈ ਗੱਲ ਹੀ ਕਰਨੀ ਆ ਕਰਨੀ ਨਹੀਂ ਫਿਰ ਪਿਆ ਭਾਈਆ ਤੂੰ ਹੋ ਗਿਆ ਫੌਤ ਹੋ ਗਿਆ ਤੇ ਇਹਦੇ ਬਗੈਰ ਮੈਂ ਜੱਤਾਂ ਨਹੀਂ ਸਾਏ ਕੱਟੇ ਤੇ ਉਹਦੇ ਨਾਲ ਛੋਰਾਂ ਨੂੰ ਕਿੱਦਾਂ ਹਾਰੇ ਲਾਏ ਮੇਰਾ ਪੋਤਰੋ ਇਹਦੇ ਮੈਂ ਲੱਕੜੀ ਮੰਗੀ ਹੈ ਤੇ ਬੌਲਾ ਚਾਲ ਆ ਤੇ ਕੁਹਾੜਾ ਵੀ ਉਹ ਜਬ ਜਬ ਇੱਕ ਦਿਹਾੜੀ ਆਈ ਉਹ ਪੱਟ ਚੋਰਾ ਲਾਇਆ ਉਹ ਜੀ ਉਦੋਂ ਪਾਟੇ ਆਉਣੀਆਂ ਜੀ ਡੱਬਾਂ ਕੋਲ ਜਿਹੜੀਆਂ ਆ ਦਿਆ ਉਹ ਮੈਂ ਪਾਟ ਕੇ ਆਇਆ ਜੀ ਛੁਟਕਾਰਿਆਂ ਤੋਂ ਮੰਗੀਏ ਤੇ ਜਾਓ ਨਾ ਤੇ ਤੂੰ ਮੇਰਾ ਪੋਜਾ ਉੱਥੇ ਸੌਦਾ ਚਾ ਲਿਆ ਡੱਬਾ ਦੇ ਚੱਕ ਕੇ ਸੌਦਾ ਚਾਵਣ ਗਿਆ ਤੇ ਉਸ ਆਖਿਆ ਵੀ ਪਿਛਲੇ ਪੈਰ ਆਣ ਕੇ ਚਾਲ ਵਿਆ ਜਾਂ ਮੈਂ ਇਹਨੂੰ ਲੈ ਪਰਚੀ ਦਿੱਤੀ ਜਾ ਤੁਹਾਡੇ ਨਾਲ ਦੌੜ ਪੈਣ ਸੀ ਮੈਂ ਗੱਲ ਕਰਨੀ ਹੈ ਸਾਈਡ ਤੇ ਛੋਰਾਂ ਕੋਲ ਤੈਨੂੰ ਮੈਂ ਉਠਾਇਆ ਤੇ ਗੱਲ ਕਹੀ ਹੁੰਦੀ ਹੈ ਉਹ ਡਰ ਦੇ ਵੀ ਇੰਜ ਬਈ ਇੰਜ ਨਾ ਸਮਝ ਵੀ ਮੋਦੀ ਮਾਰ ਗਿਆ ਮੈਂ ਵਾਨਾ ਮੇਰੀ ਆਵੇਂਦੀ ਪਈ ਬੱਗੀ ਦਿਹਾੜੀ ਤੇ ਬੱਗਾ ਫੇਰ ਹੋ ਗਿਆ ਤੇ ਮੈਂ ਸਾਰੀ ਉਮਰ ਤਾਂ ਆਦੇ ਮਗਰ ਘਾਟ ਛੋੜੀ ਕਿਹੜੀ ਗੱਲ ਤੂੰ ਭਾਈ ਤੇਰੇ ਨਾਲ ਸ਼ਾਦੀ ਕਰੇ ਸਾਂ ਤੇਰਾ ਮਤ ਬਾਲੇ ਭਾਈ ਤੂੰ ਆਪਣੀ ਆੜ ਨੂੰ ਵਧਾ ਹੋਰ ਮੋੜ ਵੇ ਸ਼ਰਮ ਕਰ ਵੇ ਮੈਂ ਪੁੱਤਰਾਂ ਚ ਦੱਸੇ ਸਾਂ ਤੂੰ ਨਾ ਤੇਰੀ ਗੈੜ ਕੱਢਣੀ ਹੈ ਤੇ ਤਬੀਅਤ ਇੰਜ ਬਣਾਉਣੀ ਤੈਨੂੰ ਘਰ ਦਾ ਰਾਹ ਹੈ ਬੋਲ ਵੰਡਣਾ ਇਹ ਤੂੰ ਕਿਦੇ ਉਮਰ ਗੁਜ਼ਾਰੂ ਹੈ ਹੈ ਵੇ ਮੇਰੇ ਘਰ ਵਾਲੇ ਨਾ ਆਈ ਮੰਨ ਉਹ ਤਾਂ ਮੈਂ ਲਾਲਾ ਕਰਕੇ ਮਾਰਿਆ ਵੀ ਕਿਵੇਂ ਸੂਰ ਮਗਰੂ ਲਏ ਮਾਰ ਤੂੰ ਮਗਰੂ ਲਾ ਇਹ ਗੱਲ ਮੈਂ ਪੁੱਤਰਾਂ ਨੂੰ ਤਾਂ ਕੀਤੀ ਹੁਣ ਤੇਰਾ ਕੀ ਮੈਂ ਕਰ ਛੋੜਨਾ ਪਰ ਤੂੰ ਬੋਰੋ ਵੈਸੇ ਜੇ ਤੇਰਾ ਸਿਰ ਵੱਜ ਛੋੜ ਮੇਰੀ ਮਾਂ ਇਹ ਮੇਰੇ ਘਰ ਵਾਲਾ ਮਾਰ ਗਿਆ ਉੱਤ ਮੈਨੂੰ ਗਲਤ ਮਸ਼ਹੂਰ ਕਹਿੰਦਾ ਕਿ ਨਾ ਮੈਂ ਤਾਂ ਤੇਰਾ ਚਾਹਣ ਲੱਗਾ ਅੰਦੋਰ ਅੱਛਾ ਤੇ ਛੋਰਾ ਨੂੰ ਕਾਈ ਨਾ ਦੱਸੀ ਹੁਣ ਤੇ ਮੈਂ ਤੇਰੀ ਮਿਹਨਤ ਕਰਾਂਗਾ ਹੁਣ ਤਾਂ ਮੈਂ ਕਾਹ ਨਹੀਂ ਦੱਸਣ ਦੀ ਤੇ ਅੱਗੇ ਤੇ ਸੋਚ ਕੇ ਗੱਲ ਕਰੀ ਅਸੀਂ ਸਰਦਾਰ ਹਾਂ ਕੋਈ ਬੇਘਰ ਤਾਂ ਨਹੀਂ ਆ